ਵੀ ਦੇਸ਼ ਦੇ ਮੁਖੀ ਨੇ, ਦੇਸ਼ ਦੀ ਜਨਤਾ ਦੇ ਸਵਾਲਾਂ ਦਾ ਜਵਾਬ ਉਹਨਾਂ ਦਾ ਕੱਦ ਵੱਡਾ ਹੋਣਾ, ਜੋ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਤਾਂ ਸਾਡੇ ਵਾਲੀ ਗੱਲ ਪੱਕੀ ਹੋਣੀ ਆ ਵੀ ਦੇਸ਼ ਦੇ ਪ੍ਰਧਾਨ ਮੰਤਰੀ ਜੀ ਸਾਡੇ ਸਵਾਲਾਂ ਦੇ ਜਵਾਬ ਤੋਂ ਭੱਜਦਾ ਵਾ। ਤੁਸੀਂ ਕਹਿ ਰਹੇ ਹੋ ਰੈਲੀ ਹੋਣ ਦਿੱਤੀ ਜਾਏਗੀ, ਰੈਲੀ 'ਚ ਕੋਈ ਉਡੀਕਾ ਨਹੀਂ ਹੋਏਗਾ, ਲੇਕਿਨ ਕਿੰਨੇ ਲੋਕਾਂ ਦਾ ਕੋਈ ਤਿਆਰ ਕੀਤਾ ਕਿ 10 ਲੋਕ, 5 ਲੋਕ, 15 ਲੋਕ ਜਾਣਗੇ ਗੱਲਬਾਤ ਕਰਨਗੇ? ਇਹ ਤਾਂ ਪ੍ਰਸ਼ਾਸਨ ਦੇ ਸਕਦਾ ਵੀ ਜੇ ਗੱਲਬਾਤ ਵਾਕਿਆ ਹੋਣੀ ਹੈ ਤਾਂ ਉਹਨਾਂ ਨੂੰ ਕਿੰਨੇ ਦਾ ਡੈਪੂਟੇਸ਼ਨ ਚਾਹੀਦਾ, ਫਿਰ ਇਹਦੇ ਬਾਰੇ ਵਿਚਾਰ ਵੀ ਲਾਂਗੇ। ਵੀ ਗੋਲੀ ਜੇ ਚੱਲੀ ਆ ਤਾਂ ਮੈਂ ਕਹਿੰਦਾ ਭੱਜਦਾ ਥੋੜ੍ਹਾ। ਹੁਣ ਭਾਜਪਾ ਦੇ ਪਾਪਾਂ ਦਾ ਘੜਾ ਤਾਂ ਇੱਥੋਂ ਫੁੱਟ ਗਿਆ ਹੈਗਾ, ਪਰ ਜਿਹੜਾ ਬੜੇ RSS ਨੂੰ ਪੁੱਛ ਕੇ ਬਿਆਨਬਾਜ਼ੀ ਕਰ ਰਹੇ ਨੇ, ਮੈਨੂੰ ਲੱਗਦਾ ਉਹ ਬਿਆਨਬਾਜ਼ੀ ਉਹਨਾਂ ਦੇ ਕੱਦ ਦੇ ਅਨੁਸਾਰ ਠੀਕ ਨਹੀਂ ਹੈ। ਸ਼ੰਭੂ ਬਾਰਡਰ ਤੇ ਚੱਲ ਰਹੇ ਧਰਨੇ ਨੂੰ ਅੱਜ 100 ਦਿਨ ਪੂਰੇ ਹੋ ਗਏ ਨੇ। ਅੱਜ ਵੀ ਕਿਸਾਨ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ। ਤਸਵੀਰ ਮੈਂ ਸ਼ੰਭੂ ਬਾਰਡਰ ਦੀ ਦਿਖਾਉਣਾ ਚਾਹੂੰਗਾ, ਬਿਲਕੁਲ ਹਰਿਆਣਾ ਦਾ ਬਾਰਡਰ ਹੈ ਜਿੱਥੇ ਪੈਰਾਮਿਲਟਰੀ ਫੋਰਸ, ਹਰਿਆਣਾ ਫੋਰਸ, ਹਰਿਆਣਾ ਪੁਲਿਸ ਜਿਹੜੀ ਹੈ ਤੈਨਾਤ ਹੈ। ਅੱਜ ਵੀ ਉਸੇ ਤਰੀਕੇ ਨਾਲ ਬੈਰੀਕੇਟਿੰਗ ਲੱਗੀ ਹੋਈ ਹੈ, ਔਰ ਦੂਜੇ ਪਾਸੇ ਕਿਸਾਨ ਜਥੇਬੰਦੀਆਂ, ਕਿਸਾਨ ਜਿਹੜੇ ਨੇ ਇੱਥੇ ਉਸੇ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਬੈਠੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ। ਹਾਲਾਂਕਿ ਚੋਣ ਜਾਬਤਾ ਲੱਗਾ ਹੋਇਆ ਦੇਸ਼ ਦੇ ਵਿੱਚ, 1 ਜੂਨ ਨੂੰ ਪੰਜਾਬ 'ਚ ਇਲੈਕਸ਼ਨ ਨੇ, ਔਰ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਹੇ ਨੇ, ਤਾਂ ਹੁਣ ਕਿਸਾਨ ਜਥੇਬੰਦੀਆਂ ਦੇ ਵੱਲੋਂ ਪਲੈਨਿੰਗ ਕੀਤੀ ਗਈ ਹੈ ਕਿ ਅਸੀਂ ਪ੍ਰਧਾਨ ਮੰਤਰੀ ਦੀ ਉਸ ਰੈਲੀ ਦੇ ਵਿੱਚ ਜਾਵਾਂਗੇ, ਸਵਾਲ ਉਹਨਾਂ ਤੋਂ ਪੁੱਛਾਂਗੇ MSP ਨੂੰ ਲੈ ਕੇ, ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ। ਇਸ ਬਾਬਤ ਇੱਕ ਵੱਡੀ ਬੈਠਕ ਜਿਹੜੀ ਹੈ ਉਹ ਸ਼ੰਭੂ ਬਾਰਡਰ ਤੇ ਕਿਸਾਨ ਜਥੇਬੰਦੀਆਂ ਦੀ ਹੋਈ ਹੈ, ਔਰ ਹੁਣ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਵੀ ਬੈਠਕ ਜਿਹੜੀ ਹੈ ਉਹ ਹੋਣੀ ਹੈ, ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਨਹੀਂ ਚਾਹੁੰਦਾ ਕਿਸੇ ਵੀ ਤਰੀਕੇ ਦਾ ਕੋਈ ਵੈਰ ਪਵੇ ਆਮੋ ਸਾਹਮਣੇ ਪੰਜਾਬ ਪੁਲਿਸ ਤੇ ਕਿਸਾਨ ਜਥੇਬੰਦੀਆਂ ਹੋਣ। ਇਸ ਵਜ੍ਹਾ ਕਰਕੇ ਚੱਪੇ ਤੇ ਜਿੱਥੇ ਪਟਿਆਲੇ 'ਚ ਪੁਲਿਸ ਤੈਨਾਤ ਹੈ ਕਿਉਂਕਿ ਪ੍ਰਧਾਨ ਮੰਤਰੀ ਦੀ ਰੈਲੀ ਹੈ, ਤਾਂ ਉੱਥੇ ਹੀ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਹੋਏਗੀ। ਕਿਸਾਨ ਜਥੇਬੰਦੀਆਂ ਦੇ ਆਗੂ ਇਸ ਵੇਲੇ ਭੰਦੇਰ ਸਾਹਿਬ ਮੇਰੇ ਨਾਲ ਨੇ। ਭੰਦੇਰ ਸਾਹਿਬ, 100 ਦਿਨ ਹੋ ਗਏ, ਕਿਸ ਤਰੀਕੇ ਨਾਲ 100 ਦਿਨ ਰਹੇ ਨੇ? ਆ ਦੇਖੋ, ਅੱਜ ਤਾਂ ਮਿਖਲ ਇਕੱਠ ਜਿਹੜਾ ਸੀਗਾ ਸਾਡਾ ਜਿਹੜਾ ਪੰਡਾਲ, ਇਹਨੂੰ 10 ਗੁਣਾ ਵੱਧ ਸੀਗਾ, ਅਤੇ ਸਾਡੇ ਕੋਲ ਪ੍ਰਬੰਧ ਵੀ ਛੋਟਾ ਹੋ ਸਕਿਆ ਵਾ, ਗਾਂ ਦੋ ਵੱਡੇ ਕਰਨੇ ਪਏ, ਇਕੱਠ ਨੇ ਸਾਰੇ ਰਿਕਾਰਡ ਤੋੜ ਦਿੱਤੇ। ਬਹੁਤ ਵੱਡੇ ਪੱਧਰ 'ਤੇ ਲੋਕ ਸ਼ੰਭੂ ਵੀ ਆਏ ਆ, ਖਨੌਰੀ ਦੀਆਂ ਰਿਪੋਰਟਾਂ ਵੀ ਹੈਗਾ, ਡੱਬ ਵਾਲੇ ਅਤੇ ਰਾਜਸਥਾਨ 'ਚ ਵੀ ਆਏ ਹੈਗੇ ਆ, ਤਾਂ ਬਹੁਤ ਤਕੜਾ ਇਕੱਠ ਹੋਇਆ ਅੱਜ, ਸਫਲਤਾ ਇਕੱਠ ਹੋਇਆ ਹੈਗਾ। ਲੋਕਾਂ ਦੇ ਧੰਨਵਾਦੀ ਆ, ਤੁਹਾਡੇ ਮਾਧਿਅਮ ਰਾਹੀਂ ਵੀ ਬਹੁਤ ਵੱਡੀਆ ਸਾਥ ਦਿੱਤਾ ਹੈਗਾ, ਅਤੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਹੋਰ ਆਪਾਂ ਪ੍ਰੋਗਰਾਮ ਕਰਨੇ ਉਹਨਾਂ 'ਚ ਵੀ ਵੱਡੀ ਸਫਲਤਾ ਮਿਲੂ ਸਾਨੂੰ। ਦੋ ਚੀਜ਼ਾਂ ਨੇ, ਇੱਕ ਤਾਂ ਤੁਸੀਂ ਹੁਣ ਤੈਅ ਕੀਤਾ ਅੱਜ ਦੀ ਮੀਟਿੰਗ ਦੇ ਵਿੱਚ ਕਿ ਭਾਜਪਾ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਘਰਾਂ ਦੇ ਬਾਹਰ ਬੈਠਣਾ, ਕਿੰਨੇ ਇੱਕ ਦਿਨ ਦਾ ਪ੍ਰੋਗਰਾਮ ਹੋਏਗਾ ਜਾਂ ਪਰਮਾਨੈਂਟ ਉਹਨਾਂ ਘਰਾਂ ਦੇ ਬਾਹਰ ਬੈਠੋਗੇ, ਔਰ ਕਿਹੜੇ ਕਿਹੜੇ ਲੀਡਰਾਂ ਦੇ ਘਰਾਂ ਦੇ ਬਾਹਰ ਬੈਠੋਗੇ? ਹਾਂ ਦੇਖੋ, ਜਿੰਨੇ ਵੀ ਭਾਜਪਾ ਨੇ ਉਮੀਦਵਾਰਾਂ ਦੇ ਐਲਾਨ ਕੀਤੇ ਹੋਏ ਆ, ਲਗਭਗ ਇਹੀ ਕੋ ਨਵਾਂ ਆ ਗਿਆ, ਅਤੇ ਉਹਨਾਂ ਗਾੜੀ 28 ਨੂੰ ਆਪਾਂ ਉਹਨਾਂ ਦੇ ਬਾਹਰ ਪੂਰੇ ਵੱਡੇ ਇਕੱਠ ਕਰਾਂਗੇ, ਕਰਾਓ ਹੀ ਇੱਕ ਦਿਨ ਦਾ ਹੋਏਗਾ, ਇੱਕ ਦਿਨ ਦਾ ਹੋਏਗਾ, 28 ਤਰੀਕ 28 ਤਰੀਕ 28 ਮਈ ਨੂੰ, ਠੀਕ ਹੈ? ਤੇ ਲੋਕਾਂ ਨੂੰ ਅਪੀਲ ਕਰਦੇ ਤੁਹਾਡੇ ਮਾਧਿਅਮ ਰਾਹੀਂ ਵੱਧ ਤੋਂ ਵੱਧ ਗਿਣਤੀ ਵਿੱਚ। ਪ੍ਰਧਾਨ ਮੰਤਰੀ ਆ ਰਹੇ ਆ ਕੱਲ ਪਟਿਆਲਾ, ਪ੍ਰਸ਼ਾਸਨ ਤੁਹਾਨੂੰ ਰੋਕ ਰਿਹਾ, ਕਹਿ ਰਿਹਾ ਕਿ ਨਾ ਜਾਓ, ਇੱਥੇ ਹੀ ਬੈਠੇ ਰਹੋ, ਥਾਂ ਤੁਹਾਨੂੰ ਦੇ ਦਿੰਦੇ ਆ। ਹੁਣ ਕੀ ਜਥੇਬੰਦੀਆਂ ਨੇ ਵਿਚਾਰ ਕੀਤਾ ਹੈ ਕਿ ਪ੍ਰਧਾਨ ਮੰਤਰੀ ਕੋਲ ਜਾਣਾ, ਸਵਾਲ ਪੁੱਛੇ ਜਾਣੇ ਆ, ਕਿਉਂਕਿ ਪ੍ਰਸ਼ਾਸਨ ਤੁਹਾਨੂੰ ਰੋਕੇਗਾ, ਜਾਣ ਨਹੀਂ ਦੇਗਾ, ਤਾਂ ਫਿਰ ਕੀ ਸਟ੍ਰੈਟਜੀ, ਕੀ ਪਲੈਨਿੰਗ ਜਿਹੜੀ ਉਹ ਬਣਾਈ ਹੈ? ਮੇਰੇ ਖਿਆਲ ਬਣਦਾ ਨਹੀਂ ਕਿ ਪ੍ਰਸ਼ਾਸਨ ਦਾ, ਜਾਂ ਤਾਂ ਅਸੀਂ ਕਹੇ ਵੀ ਰੈਲੀ ਹੋਣ ਨਹੀਂ ਦੇਣੀ ਹੈਗੀ, ਜਾਂ ਸਾਡਾ ਇਹ ਇਰਾਦਾ ਹੋਵੇ ਵੀ ਕੋਈ ਰੈਲੀ ਵਿੱਚ ਵੜ ਕੇ ਕੁਛ ਕਰਨਾ ਨਾ ਕਰਨਾ, ਉਹ ਰੈਲੀ ਸਾਡਾ ਤਾਂ ਇੰਨਾ ਹੀ ਆ ਵੀ ਸਾਨੂੰ
ਬਾਲ ਕੇ ਆਮੋ ਸਾਹਮਣੇ ਸਵਾਲ ਜਵਾਬ ਕਰਾ ਲੈ ਰਹੇ ਨੇ। ਅਸੀਂ ਤਾਂ ਕਹਿੰਦੇ ਸ਼ੀਸ਼ੇ ਦੀ ਕੰਧ ਵੀ ਕੱਢ ਲਓ ਵਿੱਚ, ਕੱਢਣੀ ਹੈ ਤੇ ਇਹ ਉਹੀ ਸਵਾਲ ਨੇ ਸਾਡੇ ਜਿਹੜੇ ਮੋਰਚੇ ਦੇ ਸਵਾਲ ਨੇ। ਹੁਣ ਦੇਖਦੇ ਪ੍ਰਸ਼ਾਸਨ ਕੀ ਕਹਿੰਦਾ ਹੈ, ਸਾਡਾ ਤਾਂ ਕੋਈ ਇਸ ਕਿਸਮ ਲੇਕਿਨ ਏਡਾ ਸੌਖਾ ਨਹੀਂ ਹੈ ਨਾ ਕਿਸੇ ਦਾ ਪ੍ਰਧਾਨ ਮੰਤਰੀ ਨਾਲ ਗੱਲ ਕਰਨੀ ਹੋਵੇ, ਜਾਂ ਤਾਂ ਸੂਬੇ ਦੇ ਭਾਜਪਾ ਦੇ ਪ੍ਰਧਾਨ ਨਾਲ ਗੱਲ ਕਰਨੀ ਹੋਵੇ ਤਾਂ ਠੀਕ ਹੈ, ਲੇਕਿਨ ਪ੍ਰਧਾਨ ਮੰਤਰੀ ਨਾਲ ਕਿਵੇਂ ਮੁਲਾਕਾਤ ਹੋਏਗੀ? ਜਾਂ ਮੈਮੋਰੈਂਡਮ ਤੁਸੀਂ ਦੇ ਸਕਦੇ ਹੋ ਕਿ ਆਹ ਮੈਮੋਰੈਂਡਮ ਕਿਸਾਨ ਜਥੇਬੰਦੀਆਂ ਦਾ ਪ੍ਰਧਾਨ ਮੰਤਰੀ ਤੱਕ ਪਹੁੰਚਾਇਆ ਜਾਏ ਜਾਂ ਉਹਨਾਂ ਦੇ ਦਫ਼ਤਰ ਤੱਕ ਪਹੁੰਚਾਇਆ ਜਾਏ? ਮੈਮੋਰੈਂਡਮ ਤਾਂ ਪਹਿਲਾਂ ਦਿੱਤੇ ਆ। ਦੇਖੋ ਗੱਲ ਤਾਂ ਦੇਖਣ ਵਾਲੀ ਆ, ਭਾਜਪਾ ਪੰਜਾਬ ਪ੍ਰਧਾਨ ਵੀ ਭੱਜ ਗਏ, ਉਹਨਾਂ ਦਾ ਸੱਦਾ ਸੀ, ਅਸੀਂ ਚੇਅਰਾਂ ਨੈਸ਼ਨਲ ਲੀਡਰਸ਼ਿਪ ਵਾਸਤੇ ਰੱਖੀਆਂ ਉਹ ਵੀ ਭੱਜ ਗਏ, ਉਹ ਤਾਂ ਸਵਾਲਾਂ ਦੇ ਜਵਾਬ ਵੀ ਨਹੀਂ ਦੇਣਾ ਚਾਹੁੰਦੇ। ਸਗੋਂ ਹੋਊਗਾ 75 ਸਾਲਾਂ ਦੀ ਡੈਮੋਕ੍ਰੇਸੀ ਵਿੱਚ ਵੀ ਦੇਸ਼ ਦੇ ਮੁਖੀਏ ਨੇ, ਦੇਸ਼ ਦੀ ਜਨਤਾ ਦੇ ਸਵਾਲਾਂ ਦਾ ਜਵਾਬ, ਉਹਨਾਂ ਦਾ ਕੱਦ ਵੱਡਾ ਹੋਣਾ। ਜੋ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਤਾਂ ਸਾਡੇ ਵਾਲੀ ਗੱਲ ਪੱਕੀ ਹੋਣੀ ਆ ਵੀ ਦੇਸ਼ ਦਾ ਪ੍ਰਧਾਨ ਮੰਤਰੀ ਜੀ ਸਾਡੇ ਸਵਾਲਾਂ ਦੇ ਜਵਾਬ ਤੋਂ ਭੱਜਦਾ ਵਾ। ਪਿਛਲੀ ਵਾਰ 2022 ਚ ਵੀ ਜਦੋਂ ਆਏ ਉਦੋਂ ਵੀ ਕਿਸਾਨਾਂ ਦੇ ਉੱਤੇ ਇਲਜ਼ਾਮ ਲੱਗੇ ਕਿ ਫਿਰੋਜ਼ਪੁਰ ਦੇ ਵਿੱਚ ਜੋ ਕੁਛ ਹੋਇਆ, ਪ੍ਰਧਾਨ ਮੰਤਰੀ ਉਦੋਂ ਕਹਿ ਕੇ ਗਏ ਸੀ ਕਿ ਆਪਣੇ CM ਨੂੰ ਕਹਿ ਦਿਓ ਕਿ ਮੈਂ ਜਾਨ ਬਚਾ ਕੇ ਵਾਪਸ ਜਾ ਰਿਹਾ ਵਾਂ। ਹੁਣ ਵੀ ਉਹ ਹਾਲਾਤ ਖਰਾਬ ਹੋ ਸਕਦੇ ਆ ਜੇਕਰ ਇਸ ਤਰੀਕੇ ਨਾਲ ਗੱਲਬਾਤ ਹੁੰਦੀ ਹੈ। ਦੋਵਾਂ ਗੱਲਾਂ ਦਾ ਫਰਕ ਆ, ਉਦੋਂ ਤਾਂ ਅਸੀਂ ਵੀ ਰੈਲੀ ਨਹੀਂ ਹੋਣ ਦੇਣੀ, ਐਲਾਨ ਉਹ ਸੀਗਾ, ਹੁਣ ਇਹ ਐਲਾਨ ਨਹੀਂ। ਤੁਸੀਂ ਕਹਿ ਰਹੇ ਹੋ ਰੈਲੀ ਹੋਣ ਦਿੱਤੀ ਜਾਏਗੀ, ਰੈਲੀ 'ਚ ਕੋਈ ਉਡੀਕ ਨਹੀਂ? ਕੋਈ ਨਹੀਂ, ਉਹ ਐਲਾਨ ਹੀ ਨਹੀਂ ਹੈਗਾ। ਸਵਾਲ ਤਾਂ ਹੈਗਾ ਇਕੱਠੇ ਹੋ ਕੇ ਜਾਂਦੇ, ਸਵਾਲਾਂ ਦੇ ਜਵਾਬ ਮੰਗਣੇ, ਦੋ ਗੱਲਾਂ ਦਾ ਅੱਡ ਅੱਡ ਫਰਕ ਆ। ਜਿਹੜਾ ਉਹਨਾਂ ਨੇ ਕਿਹਾ ਸੀ ਵੀ ਮੈਨੂੰ ਬਚ ਕੇ ਆਉਂਦਾ, ਉਹਨਾਂ ਦੀ ਸਿਆਸਤ ਸੀਗੀ, ਉਹਨਾਂ ਕੋਲ ਹੋਰ ਰੂਟ ਬਦਲਵੇਂ ਸੀ ਕਿਉਂਕਿ ਰੈਲੀ ਵਿੱਚ ਇਕੱਠ ਨਹੀਂ ਹੋਇਆ। ਅਸੀਂ ਤਾਂ ਕਹਿੰਦੇ ਜੇ ਉਹ ਇਕੱਠ ਚਲੇ ਜਾਂਦੇ ਉਹ ਸਾਡੀ ਗੱਲ ਵਧੀਆ ਜਾਣੀ ਸੀ, ਕੁਰਸੀਆਂ ਤਾਂ ਸਾਰੀਆਂ ਵਿਹਲੀਆਂ ਸੀ, ਐ ਨਹੀਂ ਸੀ ਹੈਗਾ। ਉਹ ਉਹਦੇ ਪਿੱਛੇ ਕੋਰੀ ਸਿਆਸਤ ਸੀਗੀ। ਹਾਂ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਰਕਾਰ ਚਾਹੇ, ਅਸੀਂ ਸਰਕਾਰ ਨੂੰ ਵੱਡੇ ਤਾਂ ਹੈ ਨਹੀਂ ਗੇ ਵੀ ਅਸੀਂ ਲੜਕੇ ਉਹਨਾਂ ਨੂੰ ਨਹੀਂ ਰੈਲੀ ਕਰਦੇ ਹੈਗੇ, ਐ ਨਹੀਂ ਹੈਗਾ, ਨਾ ਅਸੀਂ ਸੋਚਦੇ ਹੈਗੇ। ਸਾਡਾ ਮਕਸਦ ਹੈਗਾ ਵੀ ਪ੍ਰਧਾਨ ਮੰਤਰੀ ਜੀ ਸਾਡੇ ਸਵਾਲਾਂ ਦੇ ਜਵਾਬ ਦੇਣ, ਕਿਉਂਕਿ ਉਹਨਾਂ ਨਾਲ ਹੀ ਸਾਰਾ ਸੰਕਟ ਜੁੜਿਆ ਹੋਇਆ ਖੇਤੀ ਦਾ। ਤੁਸੀਂ ਕਹਿ ਰਹੇ ਹੋ ਰੈਲੀ ਹੋਣ ਦਿੱਤੀ ਜਾਏਗੀ, ਰੈਲੀ 'ਚ ਕੋਈ ਉਡੀਕਾ ਨਹੀਂ ਹੋਏਗਾ, ਲੇਕਿਨ ਕਿੰਨੇ ਲੋਕਾਂ ਦਾ ਕੋਈ ਤਿਆਰ ਕੀਤਾ ਕਿ 10 ਲੋਕ, 5 ਲੋਕ, 15 ਲੋਕ ਜਾਣ ਕੇ ਗੱਲਬਾਤ ਕਰਨਗੇ? ਇਹ ਤਾਂ ਪ੍ਰਸ਼ਾਸਨ ਦੇ ਸਕਦਾ ਵੀ ਜੇ ਗੱਲਬਾਤ ਵਾਕਿਆ ਹੋਣੀ ਹੈ ਤਾਂ ਉਹਨਾਂ ਨੂੰ ਕਿੰਨੇ ਦਾ ਡੈਪੂਟੇਸ਼ਨ ਚਾਹੀਦਾ, ਫਿਰ ਇਹਦੇ ਬਾਰੇ ਵਿਚਾਰ ਵੀ ਲਾਂਗੇ। ਹਾਂ, ਜੇ ਪ੍ਰਸ਼ਾਸਨ ਤੁਹਾਨੂੰ ਕਹਿੰਦਾ ਕਿ ਤੁਹਾਨੂੰ ਇੱਕ ਥਾਂ ਦੇ ਦਿੰਦੇ ਹਾਂ ਇੱਥੇ ਬੈਠ ਜਾਓ, ਫਿਰ ਉੱਥੇ ਬੈਠਿਆ ਜਾਏਗਾ ਜਾਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾਏਗੀ? ਇਸ ਕਿਸਮ ਦੀ ਹਜੇ ਪ੍ਰਸ਼ਾਸਨ ਵੱਲੋਂ ਕੋਈ ਤਜਵੀਜ਼ ਨਹੀਂ ਹੈਗੀ। ਹਾਂ, ਜੇ ਕੋਈ ਤਜਵੀਜ਼ ਹੋਊਗੀ ਮੋਰਚੇ ਵਿਚਾਰ ਕਰ ਲੈਣਗੇ ਆਪਾਂ, ਜਿਹੜੀ ਕੀ ਕਰਨਾ। ਅੱਜ ਬੜੀ ਅਹਿਮ ਤੇ ਵੱਡੀ ਬੈਠਕ ਹੋਈ, ਕਈ ਘੰਟੇ ਚੱਲੀ, ਕੀ ਕੁਛ ਸਿੱਟੇ ਅੱਜ ਦੀ ਬੈਠਕ 'ਚ ਕੱਢੇ ਜਿਹੜੇ ਤੁਸੀਂ? ਹਾਂ, ਦੇਖੋ ਦੋ ਤਿੰਨ ਚੀਜ਼ਾਂ ਨੇ। ਦੇਖੋ ਜਿਹੜੇ ਐਲਾਨ, ਇੱਕ ਤਾਂ 28 ਮਈ ਦਾ ਵਾ, ਇੱਕ ਸਾਡਾ 2 ਜੂਨ ਦਾ ਵਾ, ਵੱਡੇ ਜਥੇ ਲੈ ਕੇ ਐਂ ਹੀ ਆਉਣਗੇ, ਠੀਕ ਆ, ਟਰੈਕਟਰ ਟਾਲੀਆਂ ਲੈ ਕੇ ਆਵਾਂਗੇ। ਇੱਕ 23 ਦਾ ਵੀ ਆ, 24 ਦਾ ਵੀ ਆ, 2 ਪ੍ਰੋਗਰਾਮ ਹੈਗੇ। ਸੋ ਇਹਨਾਂ ਪ੍ਰੋਗਰਾਮਾਂ ਦੀ ਜਨਤਾ ਨੂੰ ਪੂਰੀ ਗੱਲ ਦੱਸੀ ਹੋਈ ਆ, ਬਾਕੀ ਪੱਖ ਦੱਸਿਆ ਜਿਹੜਾ ਤੁਸੀਂ ਪਿੱਛੇ ਕੰਧ ਦੇਖ ਰਹੇ ਹੋ, ਇਹ ਕੰਧ ਫਿਰ ਲੋਕਾਂ ਨੂੰ ਚੇਤੇ ਕਰਾਈ ਵੀ ਕਿਉਂ ਕੱਢੀ ਗਈ, ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਗਿਆ, ਜਾਂ ਸਾਡੇ 'ਤੇ ਜਬਰ ਕਿਉਂ ਕੀਤਾ ਗਿਆ, ਲਖੀਮਪੁਰ ਦਾ ਅੱਡ ਜਬਰ ਹੈਗਾ, ਜਾਂ ਸਾਡੀਆਂ ਮੰਗਾਂ, MSP ਗਰੰਟੀ ਕਾਨੂੰਨ ਹੋਵੇ, ਚਾਹੇ ਕਿਸਾਨ ਮਜ਼ਦੂਰ ਦਾ ਕਰਜ਼ਾ ਹੋਵੇ, ਜਾਂ WTO ਤੋਂ ਭਾਰਤ ਨੂੰ ਬਾਹਰ ਲੈ ਕੇ ਆਉਣਾ ਹੋਵੇ, ਚਾਹੇ ਨਰੇਗਾ 200 ਦਿਨ ਜਾਂ 700 ਰੁਪਇਆ ਦਿਹਾੜੀ ਹੋਵੇ, ਸਾਰੀਆਂ ਮੰਗਾਂ ਬਾਰੇ ਲੋਕਾਂ ਸਾਹਮਣੇ ਆਪਣੀ ਪੱਖ ਰੱਖਿਆ ਗਿਆ। ਬਖੂਬੀ ਲੋਕ ਇਹਨੂੰ ਲੈ ਕੇ ਗਏ, ਕੱਲ੍ਹ ਨੂੰ ਪਿੰਡਾਂ 'ਚ ਜਾ ਕੇ ਜਾਣਗੇ। ਸੁਨੀਲ ਜਾਖੜ ਕਹਿੰਦੇ ਕਿਸਾਨ ਜਥੇਬੰਦੀਆਂ ਦੇ ਪਿੱਛੇ ਆਮ ਆਦਮੀ ਪਾਰਟੀ ਤੇ ਕਾਂਗਰਸ ਹੈ, ਉਹਨਾਂ ਦੇ ਮੋਹਰੇ ਨੇ। ਦੇਖੋ, ਮੈਂ ਲੱਗਦਾ ਹੁਣ ਉਹਨਾਂ ਦਾ ਬੋਲਣਾ ਵਾਜਬ ਨਹੀਂ ਗਾ, ਹੁਣ ਤਾਂ ਅਨਿਲ ਵਿਜ ਜੀ ਹੁਣਾਂ ਨੂੰ ਪੁੱਛ ਲੈਣ। ਅਨਿਲ ਵਿਜ ਜੀ ਕਹਿੰਦੇ ਨੇ, ਦੇਖੋ ਬਹੁਤ, ਮੈਨੂੰ ਤਾਂ ਵਿਅਕਤੀਗਤੀ ਉਹਨਾਂ ਦਾ ਬਿਆਨ ਬਹੁਤ ਵਧੀਆ, ਉਹ ਜ਼ਰੂਰ ਸ਼ਾਮਾਂ ਨੂੰ ਰੱਜ ਕੇ ਸੁੱਤੇ ਹੋਣ, ਸੁਪਨੇ 'ਚ ਜ਼ਰੂਰ ਕਿਸਾਨ ਡਰਾਉਂਦੇ ਹੋਣਗੇ ਵੀ ਉਹ ਗ੍ਰਹਿ ਮੰਤਰੀ ਸੀ, ਉਹ ਤਾਂ ਆਪ ਮੰਨ ਗਏ ਵੀ ਮੈਂ ਤਾਂ ਮੰਨਦਾ ਵੀ ਗੋਲੀ ਜੇ ਚੱਲੀ ਆ ਤਾਂ ਮੈਂ ਕਹਿੰਦਾ ਭੱਜਦਾ ਥੋੜ੍ਹਾ। ਹੁਣ ਭਾਜਪਾ ਦੇ ਪਾਪਾਂ ਦਾ ਘੜਾ ਤਾਂ ਇੱਥੋਂ ਫੁੱਟ ਗਿਆ ਹੈਗਾ, ਤਾਂ ਫਿਰ ਉਹ ਦੂਜੀਆਂ ਪਾਰਟੀਆਂ ਤੇ ਇਲਜ਼ਾਮ ਲਾ ਕੇ ਵੀ ਇਹ ਦੂਜੀਆਂ ਪਾਰਟੀਆਂ ਤੋਂ ਪ੍ਰੇਰਿਤ ਨੇ, ਤਾਂ ਭਾਜਪਾ ਆਪਣੇ ਪਾਪ ਜਿਹੜੇ ਕਮਾਏ ਉਹ ਤੋਂ ਉਹਦਾ ਕਲੰਕ ਨਹੀਂ ਧੁੱਲਣ ਵਾਲਾ। ਮੈਨੂੰ ਲੱਗਦਾ ਸੁਨੀਲ ਜਾਖੜ ਜੀ ਠੀਕ ਨੇ, ਪਰ ਜਿਹੜਾ ਬੜੇ RSS ਨੂੰ ਪੁੱਛ ਕੇ ਬਿਆਨਬਾਜ਼ੀ ਕਰ ਰਹੇ ਨੇ, ਮੈਨੂੰ ਲੱਗਦਾ ਉਹ ਬਿਆਨਬਾਜ਼ੀ ਉਹਨਾਂ ਦੇ ਕੱਦ ਦੇ ਅਨੁਸਾਰ ਠੀਕ ਨਹੀਂ ਹੈ। ਬਾਈਕੋਟ ਕੱਲਾ ਭਾਜਪਾ ਦੇ ਉਮੀਦਵਾਰਾਂ ਦਾ ਜਾਂ ਬਾਕੀ ਪਾਰਟੀਆਂ ਦੇ ਵੀ ਉਮੀਦਵਾਰਾਂ? ਪਹਿਲੀ ਗੱਲ ਤਾਂ ਬਾਈਕੋਟ ਸ਼ਬਦ ਹੀ ਨਹੀਂ ਹੈ।
ਸਵਾਲ ਹੈਗਾ ਵੀ ਸਾਡਾ ਉਮੀਦਵਾਰ ਆ ਆ ਰਿਹਾ, ਅਸੀਂ ਤਾਂ ਮਜੀਠੀਆ ਸਾਹਿਬ ਨੂੰ ਘੇਰ ਕੇ ਸਵਾਲ ਕੀਤੇ, ਅਸੀਂ ਤਾਂ ਧਾਰੀਵਾਲ ਸਾਹਿਬ ਨੂੰ ਘੇਰ ਕੇ ਕੀਤੇ, ਅਸੀਂ ਤਾਂ ETO ਨੂੰ ਵੀ ਘੇਰ ਕੇ ਸਵਾਲ ਕੀਤੇ, ਫਿਰ ਦੱਸਣ ਵੀ ਉਹ ਵੀ ਤਾਂ ਭੱਜੇ ਹੈਗੇ, ਅਸੀਂ ਤਾਂ ਸਵਾਲ ਸਾਰਿਆਂ ਨੂੰ ਹੀ ਕਰ ਰਹੇ ਹਾਂ। ਹਾਂ, ਬਾਈਕਆਊਟ ਨਹੀਂ, ਸਵਾਲਾਂ ਦੇ ਜਵਾਬ ਦਿਓ, ਉਹ ਸਵਾਲਾਂ ਦੇ ਜਵਾਬ ਵੀ ਨਹੀਂ ਦੇ ਪਾਉਂਦੇ। ਫਿਰ ਹੁਣ ਪ੍ਰਸ਼ਾਸਨ ਦੇ ਨਾਲ ਤੁਹਾਡੀ ਮੀਟਿੰਗ ਹੈ, ਮੀਟਿੰਗ 'ਚ ਕੌਣ ਕੌਣ ਜਾਏਗਾ, ਕਿਸ ਤਰੀਕੇ ਦੀ ਗੱਲਬਾਤ ਹੋਏਗੀ, ਔਰ ਜੇ ਮੀਟਿੰਗ ਬੇਸਿੱਟਾ ਰਹਿੰਦੀ ਜਿਹੜੀ ਅਮੂਮਨ ਪ੍ਰਸ਼ਾਸਨ ਨਾਲ ਰਹਿੰਦੀ ਹੈ, ਤਾਂ ਫਿਰ ਕੱਲ੍ਹ ਦਾ ਹੁਣ ਤੱਕ ਦਾ ਕੀ ਰੋਡ ਮੈਪ ਹੈ, ਹੁਣ ਤੱਕ ਦਾ ਕੀ ਜਿਹੜਾ ਜਥੇਬੰਦੀਆਂ ਨੇ ਰੋਡ ਮੈਪ ਤਿਆਰ ਕੀਤਾ? ਇਹ ਤਾਂ ਫਿਲਹਾਲ ਕਹਿਣਾ, ਗੱਲਬਾਤ ਤੋਂ ਬਾਅਦ ਹੀ ਪਤਾ ਲੱਗੂ। ਕੋਈ ਹੁਣ ਤੱਕ ਰੋਡ ਮੈਪ ਤਿਆਰ ਕੀਤਾ ਕਿ ਆ ਰੋਡ ਮੈਪ ਨਾ ਦੱਸ? ਰੋਡ ਮੈਪ ਇਹੀ ਹੈ ਵੀ ਅਸੀਂ ਵੱਡਾ ਕਾਫਲਾ ਬਣਾ ਕੇ ਉੱਧਰ ਜਾਵਾਂਗੇ ਸਵਾਲ ਕਰਨ, ਰੋਡ ਮੈਪ ਇਹੀ ਆ। ਇਹ ਤਾਂ ਪ੍ਰਸ਼ਾਸਨ ਤੋਂ ਬਾਅਦ ਪੱਕਾ ਪਤਾ ਹੋਜੂ, ਜਦੋਂ ਰੋਕਿਆ ਜਾਂਦਾ ਤਾਂ ਫਿਰ ਉੱਥੇ ਬੈਠੋਗੇ ਜਾਂ ਕਿਵੇਂ ਅੱਗੇ ਵਧਣ ਦੀ ਕੋਸ਼ਿਸ਼? ਉੱਥੇ ਲੀਡਰਸ਼ਿਪ ਬਹਿ ਕੇ ਅਗਲੀ ਰਣਨੀਤੀ ਬਣਾਉਗੀ ਵੀ ਕਿਵੇਂ ਠੀਕ ਲੱਗਦਾ ਹੈ। ਠੀਕ ਹੈ, ਤਾਂ ਪ੍ਰਸ਼ਾਸਨ ਦੇ ਨਾਲ ਥੋੜੀ ਦੇਰ 'ਚ ਬੈਠਕ ਹੋਣੀ ਹੈ, ਔਰ ਪ੍ਰਧਾਨ ਮੰਤਰੀ ਦੀ ਰੈਲੀ 'ਤੇ ਕੋਈ ਇਤਰਾਜ਼ ਨਹੀਂ ਹੈ, ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਰੈਲੀ ਕਰਨ, ਲੇਕਿਨ ਕਿਸਾਨ ਜਥੇਬੰਦੀਆਂ ਦੇ ਜਿਹੜੇ ਸਵਾਲ ਨੇ ਉਹਨਾਂ ਸਵਾਲਾਂ ਦੇ ਜਵਾਬ ਲੈਣ ਲਈ ਅਸੀਂ ਪ੍ਰਧਾਨ ਮੰਤਰੀ ਕੋਲ ਜਾਵਾਂਗੇ, ਔਰ ਉਹ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਅਸੀਂ ਪੰਜਾਬ ਦੇ ਵਿੱਚ ਭਾਜਪਾ ਦੇ ਲੀਡਰਾਂ ਤੋਂ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਵਾਬ ਨਹੀਂ ਮਿਲ ਰਹੇ। ਲੇਕਿਨ ਰੈਲੀ ਨਹੀਂ ਰੋਕਾਂਗੇ ਜਾਂ ਰੈਲੀ ਦੇ ਵਿੱਚ ਕੋਈ ਅੜਚਨ ਨਹੀਂ ਪਾਵਾਂਗੇ, ਇਹ ਪੰਧੇਰ ਹੋਰੀ ਕਹਿ ਰਹੇ ਨੇ। ਲੇਕਿਨ ਸਾਡਾ ਇੱਕ ਜੱਥਾ ਜਿਹੜਾ ਵੈ ਉਹ ਜਾਏਗਾ ਪ੍ਰਧਾਨ ਮੰਤਰੀ ਨਾਲ ਮਿਲਣ ਦੇ ਲਈ, ਅਗਰ ਰੋਕਿਆ ਗਿਆ ਤਾਂ ਉੱਥੇ ਬੈਠਾਂਗੇ, ਫਿਰ ਅੱਗੇ ਰਣਨੀਤੀ ਘੜਾਂਗੇ। ਲੇਕਿਨ ਉਸ ਤੋਂ ਪਹਿਲਾਂ ਅੱਜ ਪ੍ਰਸ਼ਾਸਨ ਦੇ ਨਾਲ ਬੈਠਕ ਥੋੜੀ ਦੇਰ 'ਚ ਹੋਏਗੀ, ਔਰ ਪ੍ਰਸ਼ਾਸਨ ਕੀ ਕੁਛ ਕਹਿੰਦਾ, ਕਿੱਥੇ ਗੱਲ ਸਹਿਮਤੀ ਬਣਦੀ ਹੈ, ਇਹ ਦੇਖਣ ਵਾਲੀ ਗੱਲ ਹੋਏਗੀ। ਆਪਣੇ ਸਹਿਯੋਗੀ ਜਤਿੰਦਰ ਸਿੱਧੂ ਦੇ ਨਾਲ ਪੰਕਜ ਪਾਈ, ਨਿਊਜ਼ 18 ਸ਼ੰਭੂ ਬਾਰਡਰ।